ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਬ੍ਰਹਮਦੀਪ ਸਿੰਘ ਸਿੱਧੂ ਸੁਧਾਰ ਤੋਂ ਜੀ। ਜੋ ਵੀਡ ਕਰਾਸ ਦੀ ਸੇਵਾ ਚੱਲਦੀ ਆ ਸੁਧਾਰ ਬਾਜ਼ਾਰ 5 ਵਜੇ ਤੋਂ 7 ਵਜੇ ਤੱਕ, ਮੈਨੂੰ ਬਹੁਤ ਵੀਰ ਪੁੱਛਦੇ ਹੁੰਦੇ ਆ, ਵੀਰ ਜੀ ਤੁਸੀਂ ਇਹ ਸੇਵਾ ਕਰਨ ਲੱਗੇ ਹੋ, ਇਹਦੇ ਪਿੱਛੇ ਕੀ ਰਾਜ ਆ? ਉਹਦਾ ਰਾਜ ਸੀਗਾ, ਮੇਰੇ ਘਰ ਕੋਈ ਪ੍ਰੋਬਲਮ ਹੋਣ ਕਰਕੇ ਮੈਂ ਇਹ ਸੇਵਾ 'ਚ ਆਇਆ ਸੀ। ਜੋ ਸੇਵਾ ਨੂੰ ਸਿਖਾਇਆ, ਜੋ ਮੈਨੂੰ ਇਹ ਵੀਡ ਕਰਾਸ ਬਾਰੇ ਸਿਖਾਇਆ ਸੀ, ਉਹ ਅੰਕਲ ਜੀ ਨੇ, ਜਿਨ੍ਹਾਂ ਨੂੰ ਮਤਲਬ ਸਾਰਾ ਸਿਹਰਾ ਅੰਕਲ ਨੂੰ ਜਾਂਦਾ, ਗੁਰਮੀਤ ਸਿੰਘ ਜੀ ਨੇ ਜੀ, ਪਿੰਡ ਰੱਜੋਵਾਲ ਤੋਂ, ਲੁਧਿਆਣਾ ਜ਼ਿਲ੍ਹਾ ਬਾਜੀ, ਹੰਬੜਾ ਰੋਡ ਦੇ ਨਾਲ ਪਿੰਡ ਆ ਜੀ। ਤੁਸੀਂ ਇਹ ਸੋਚ ਨਹੀਂ ਸਕਦੇ ਵੀ ਇਹ ਕਹਿੰਦੇ ਸਾਨੂੰ 2-3 ਸਾਲ ਹੋ ਗਏ ਪੀਂਦੇ ਨੂੰ, 2-3 ਸਾਲਾਂ ਵਿੱਚ ਇੰਨੇ ਕੁ ਪੇਸ਼ੈਂਟ ਠੀਕ ਹੋ ਕੇ ਗਏ ਨੇ ਵੀ ਕੋਈ ਤੁਸੀਂ ਖੁਦ ਸੁਣੋ ਜੀ ਇਹਨਾਂ ਤੋਂ। ਮੈਂ ਅੱਜ ਇਹਨਾਂ ਕੋਲ ਸਪੈਸ਼ਲ ਪਿੰਡ ਆਇਆ ਇਹਨਾਂ ਦੇ, ਜਿਹੜਾ ਆਪਾਂ ਕਹਿੰਦੇ ਹੁੰਦੇ ਸੀ ਵੀਡ ਗਰਾਸ ਬਾਰੇ ਵੀ ਜੋ ਵੱਧ ਜਾਂਦਾ ਤਾਂ ਕੀ ਕਰੀਏ, ਜੋ ਮਾਰਕੀਟ 'ਚ ਪਾਊਡਰ ਵਿਕਦਾ ਵਾ ਵੀਡ ਗਰਾਸ ਦੇ ਨਾਮ 'ਤੇ। ਆਹ ਦੇਖੋ ਜੀ, ਅੰਕਲ ਜੀ ਨੇ ਖੁਦ ਤਿਆਰ ਕੀਤਾ, ਜਦੋਂ ਉੱਤੋਂ ਵੱਧ ਜਾਂਦਾ ਉੱਪਰੋਂ ਕੱਟ ਲੈਣਾ, ਕੱਟਣ ਤੋਂ ਬਾਅਦ ਉਹਨੂੰ ਸੁਕਾ ਕੇ ਚੰਗੀ ਤਰ੍ਹਾਂ ਉਹਨੂੰ ਮਿਕਸੀ ਵਿੱਚ ਰਗੜ ਲੈਣਾ, ਰਗੜ ਕੇ ਇਹ ਪਾਊਡਰ ਬਣਦਾ ਜੀ। ਠੀਕ ਆ ਜੀ, ਅੰਕਲ ਜੀ ਤੁਸੀਂ ਇਹ ਦੱਸੋ ਕਿੰਨੇ ਸਾਲ ਤੱਕ ਸੇਵਾ ਕਰਦੇ ਜੀ? ਮੈਂ ਜੀ 2 ਸਾਲ ਤੋਂ ਕਰਦਾ ਜੀ। ਹਾਂਜੀ, 2 ਸਾਲ ਤੋਂ ਮਤਲਬ ਵੀਡ ਗਰਾਸ ਦਾ ਕੰਮ ਕਰਦਾ ਜੀ। ਅਤੇ ਆਪਣੇ ਮੈਂ ਦੱਸ ਨਹੀਂ ਸਕਦਾ ਵੀ ਕਿੰਨੇ ਮਤਲਬ ਠੀਕ ਕਰ ਦਿੱਤੇ, ਵਾਹਿਗੁਰੂ ਦੀ ਕਿਰਪਾ ਨਾਲ। ਹਾਂਜੀ ਹਾਂਜੀ, ਕੈਂਸਰ ਵਾਲੇ ਮਰੀਜ਼ ਹੈ। ਹਾਂਜੀ, ਅਤੇ ਬਾਕੀ ਹੋਰ ਜਿਵੇਂ ਕਾਲਾ ਪੀਲੀਆ ਹੋ ਗਿਆ, ਹਾਂਜੀ ਪੀਲਾ ਪੀਲੀਆ ਹੋ ਗਿਆ, ਜਿਵੇਂ ਸ਼ੂਗਰ ਹੋ ਗਈ, ਜਿਵੇਂ ਮਤਲਬ ਲਾ ਲਓ ਤੁਸੀਂ ਕੋਈ ਗੱਠਾਂ ਹੋ ਗਈਆਂ, ਅਤੇ ਜਾਂ ਮਤਲਬ ਪਿਸ਼ਾਬ ਦੇ ਰੋਗ, ਚਮੜੀ ਦੇ ਰੋਗ ਹੋ ਗਏ। ਹਾਂਜੀ, ਅਤੇ ਸਾਡੇ ਵੀਟ ਗਰਾਸ ਨਾਲ ਠੀਕ ਹੋਏ? ਸਾਰੀ ਵੀਟ ਗਰਾਸ ਨਾਲ ਠੀਕ ਹੋਏ। ਅਤੇ ਸ਼ੂਗਰ ਨੂੰ ਕਈ ਬੰਦੇ ਕਹਿੰਦੇ ਜੀ ਇਹ ਨਹੀਂ ਅਸਰ ਕਰਦੀ, ਕਿਉਂਕਿ ਉਹਨਾਂ ਦਾ ਖਾਣਾ ਪੀਣਾ ਗਲਤ ਹੋ ਸਕਦਾ, ਕੋਈ ਦਵਾਈ ਨਾ ਖਾਂਦੇ ਹੋਣ, ਕੋਈ ਦਵਾਈ ਹੋ ਤੇਜ਼ ਦਵਾਈ ਨਾ ਖਾਂਦੇ ਹੋਣ। ਠੀਕ ਆ, ਇਹ ਵੀ ਹੋ ਸਕਦਾ, ਕੋਈ ਵੱਡੀ ਗੱਲ ਨਹੀਂ, ਕੋਈ ਦਵਾਈ ਦਾ ਵੀ ਚੱਕਰ ਪੈ ਸਕਦਾ ਹੈਗਾ। ਹਾਂਜੀ, ਬਾਕੀ ਕਿਉਂ ਨੇ ਇਹਨੇ ਮੈਦੇ ਦਾ ਮਤਲਬ ਮੈਦੇ ਨੂੰ ਠੀਕ ਕਰਨਾ, ਸਾਰਾ ਕੰਮ ਮੈਦੇ ਸਿਰ 'ਤੇ ਹੁੰਦਾ, ਮੈਦਾ ਠੀਕ ਹੈ ਸਭ ਠੀਕ। ਪੀਲੀਆ ਕਿੰਨੇ ਚਿਰ ਠੀਕ ਹੋ ਜਾਂਦਾ? ਪੀਲੀਆ ਦੇਖੋ ਜੀ, ਜੇ ਤੁਸੀਂ ਮਤਲਬ ਤੁਹਾਨੂੰ ਮਤਲਬ 10-15 ਦਿਨ 'ਚ ਐਂ ਲੱਗਣਾ ਜੀ ਮੈਨੂੰ ਵਾਰੀ ਹੈ ਨਹੀਂ, ਠੀਕ ਹੈ, ਮੈਂ ਠੀਕ ਹੋ ਰਿਹਾ, ਮੇਰੀ ਚੁਸਤੀ ਫੁਰਤੀ ਆ। ਸ਼ੂਗਰ ਵਾਲੇ ਨੂੰ ਕਿੰਨਾ ਟਾਈਮ ਲੱਗੂਗਾ? ਸ਼ੂਗਰ ਵਾਲੇ ਨੂੰ ਦੇਖੋ ਜੀ, ਮਹੀਨਾ ਡੇਢ ਮਹੀਨਾ ਲੱਗ ਜਾਂਦਾ। ਮਹੀਨਾ ਡੇਢ ਮਹੀਨਾ? ਡੇਢ ਮਹੀਨਾ ਲੱਗ ਜਾਂਦਾ, ਬਿਲਕੁਲ ਜੀ ਬਿਲਕੁਲ। ਜਿਵੇਂ ਤੁਸੀਂ ਜਿਹਨੇ ਸ਼ੁਰੂ ਕੀਤੀ ਹੈ ਮਤਲਬ 10 ਦਿਨ ਹੋ ਗਏ, ਤੁਹਾਡੀ 300 ਹੈਗੀ ਆ, ਤੁਹਾਡੀ ਅੱਧੀ ਰਹੇਗੀ? ਅੱਧੀ ਰਹੇਗੀ। ਹਾਂ, 150 ਰਹੇਗੀ। ਠੀਕ ਆ ਜੀ, 500 ਦਾ 250 ਰਹੇਗੀ। ਠੀਕ ਆ, ਹਾਂਜੀ। ਅਤੇ ਬਾਕੀ ਹੋਰ ਬਿਮਾਰੀਆਂ ਦਾ ਤੁਹਾਨੂੰ ਕੋਈ ਪਤਾ ਨਹੀਂ ਹੈਗਾ ਕਿੰਨਾ? ਮੈਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ, ਤੁਹਾਡੀ ਬਦੌਲਤ ਸੁਧਾਰ ਬਾਜ਼ਾਰ ਵਿੱਚ ਜਿਹੜਾ ਵੀਡ ਗਰਾਸ ਦੀ ਸੇਵਾ ਚੱਲਦੀ ਹੈ, ਫਰੀ ਸੇਵਾ, ਉਹ ਅੰਕਲ ਜੀ ਦੀ ਬਦੌਲਤ ਚੱਲਦੀ ਹੈ ਜੀ। ਅੰਕਲ ਜੀ ਲੋਕਾਂ ਦੇ ਘਰ ਜਾ ਕੇ ਵੀ ਦੇ ਕੇ ਆਉਂਦੇ ਆ ਜੀ, ਇੱਕ ਸੰਸਥਾ ਵਾ ਜਿਹਨਾਂ ਨੂੰ ਡੇਲੀ 5 ਟ੍ਰੇਆਂ ਦੇਣ ਜਾਂਦੇ ਨੇ ਉੱਥੇ ਪੇਸ਼ੈਂਟਾਂ, ਅਤੇ ਜਿਹੜੇ ਉਹ ਕਹਿੰਦੇ ਵੀ ਅਸੀਂ ਇਹਨਾਂ ਨਾਲ ਬਹੁਤ ਜ਼ਿਆਦਾ ਠੀਕ ਹੋ ਰਹੇ ਹਾਂ, ਅਤੇ ਮੈਂਟਲ ਜਿਹੜੇ ਸੀਗੇ ਉਹ ਵੀ ਠੀਕ ਹੋ ਗਏ, ਅਤੇ ਡਿਪਰੈਸ਼ਨ ਵਾਲੇ ਡਿਪਰੈਸ਼ਨ ਵਾਲੇ ਠੀਕ ਹੋ ਜਾਂਦੇ? ਡਿਪਰੈਸ਼ਨ ਬਿਲਕੁਲ ਠੀਕ ਹੋ ਗਿਆ, ਦੋ ਤਿੰਨ ਬੰਦੇ ਡਿਪਰੈਸ਼ਨ ਵਾਲੇ ਠੀਕ ਕੀਤੇ ਆ। ਅੱਛਾ, ਜਦੋਂ ਰਹਿ ਬਿਲਕੁਲ ਠੀਕ ਹੋ ਗਿਆ, ਉਹਨਾਂ 'ਚ ਕੋਈ ਮਤਲਬ ਕਿਸੇ ਗੱਲ ਦਾ ਫਾਲਟ ਨਹੀਂ ਹੈ, ਮਤਲਬ 3 ਮਹੀਨੇ ਪੀ ਕੇ, ਹਾਂਜੀ, ਮਤਲਬ ਹੁਣ ਕਦੀ ਪੀਂਦੇ ਕਦੀ ਨਹੀਂ ਪੀਂਦੇ ਹੈਗੇ, ਅਤੇ ਬਿਲਕੁਲ ਠੀਕ ਹੋ ਗਏ। ਜਿਹੜੇ ਮਤਲਬ ਆਪਣੇ ਮਤਲਬ ਇੱਕ ਤਾਂ ਉਦਾਸੀ ਵਾਲਾ ਰੋਗ ਹੁੰਦਾ ਜੀ, ਹਾਂਜੀ, ਉਦਾਸੀ ਵਾਲਾ ਜਿਵੇਂ ਚੁੱਪ ਚੁੱਪ ਰਹਿੰਦਾ, ਹਾਂਜੀ ਹਾਂਜੀ, ਇੱਕ ਹੁੰਦਾ ਜਿਵੇਂ ਥੋੜ੍ਹਾ ਜਿਹਾ ਗੁੱਸੇ ਵਾਲਾ ਬੰਦਾ ਹੁੰਦਾ ਸੁਭਾਅ, ਹਾਂਜੀ, ਕੋਈ ਚੀਜ਼ ਵੀ ਕਿਸੇ ਦਾ ਮਾਰਨਾ ਗੁੱਸੇ ਦਾ ਮਤਲਬ ਲੜਾਈ ਕਰ ਲੈਣੀ, ਉਹਦਾ ਉਹ ਵੀ ਠੀਕ ਹੋ ਜਾਵੇ? ਉਹ ਵੀ ਠੀਕ, ਉਹ ਵੀ ਠੀਕ ਹੋ ਜਾਵੇ। ਕਮਾਲ ਦੀ ਗੱਲ ਆ ਜੀ, ਵੀਡ ਗਰਾਸ 'ਚ ਇੰਨੇ ਗੁਣਾਂ ਸਾਨੂੰ ਪਤਾ ਵੀ ਹੈ ਨਹੀਂ, ਅੰਕਲ ਜੀ ਨੇ ਗੁਣ ਸਾਨੂੰ ਦਿੱਤਾ, ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਅੰਕਲ ਜੀ ਨਿਰੰਤਰ ਸੇਵਾ, ਅੰਕਲ ਜੀ ਨੂੰ ਵਿਸ਼ਵਾਸ ਦਿਵਾਉਣ ਆਏ ਹਾਂ ਵੀ 200 ਦੇ ਕਰੀਬ ਡੇਲੀ ਪੀਣ ਆਉਂਦੇ ਨੇ, ਚਾਹੇ 2000 ਅੰਕਲ ਜੀ ਕਹਿੰਦੇ ਹੁਣ ਤੁਹਾਡਾ ਅਸੀਂ ਸਾਥ ਦੇਵਾਂਗੇ ਹਰ ਤਰੀਕੇ ਨਾਲ, ਅੰਕਲ ਜੀ ਸਾਨੂੰ ਸਾਡਾ ਮੋਢੇ ਨਾਲ ਮੋਢਾ ਲਾ ਕੇ ਖੜੇ, ਜੇ ਕੋਈ ਬਿਮਾਰੀ ਦੀ ਕੋਈ ਪ੍ਰੋਬਲਮ ਆਉਂਦੀ ਆ ਮੈਂ ਅੰਕਲ ਜੀ ਦਾ ਨੰਬਰ ਤੁਹਾਨੂੰ ਦੇ ਦਿੰਦਾ, ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਅੰਕਲ ਜੀ ਨਾਲ, ਅੰਕਲ ਜੀ ਹੋਮਿਓਪੈਥੀ ਦੇ ਡਾਕਟਰ ਨੇ ਜੀ, ਇਹ 30-35 ਸਾਲ ਤੋਂ ਡਾਕਟਰ ਡਾਕਟਰੀ ਦਾ ਪੇਸ਼ਾ ਕਰਦੇ ਆ, ਅਤੇ ਉਹਨਾਂ ਨੇ ਨਾਲ ਵੀਡ ਗਰਾਸ ਦੀ ਸੇਵਾ ਸ਼ੁਰੂ ਕੀਤੀ ਆ ਜੀ। ਕਿੰਨਾ ਨੰਬਰ, ਕਿੰਨਾ ਅੰਕਲ ਜੀ? ਮੇਰਾ 99-146-99-546 59-50-4-59-504। ਠੀਕ ਅੰਕਲ ਜੀ, 504। ਅੰਕਲ ਜੀ 35 ਸਾਲ ਤੋਂ ਦੇਖੋ ਜੀ ਇਹ ਸੇਵਾ ਨਿਭਾ ਰਹੇ ਸੀ ਆਪਣੇ ਹੋਮਿਓਪੈਥੀ ਡਾਕਟਰ ਦੀ, ਉਹਨਾਂ ਨੂੰ ਇਹ ਤਜਰਬਾ ਦੇਖੋ ਕਿੰਨਾ ਸੀ, ਉਹ ਕਹਿੰਦੇ ਵੀਡ ਗਰਾਸ ਨਾਲ ਇੰਨਾ ਰਿਜ਼ਲਟ ਵਧੀਆ ਆਏ, ਅਤੇ ਲੋਕ ਲੱਖਾਂ ਲੋਕ ਠੀਕ ਹੋ ਕੇ ਜਾ ਰਹੇ, ਅਤੇ ਲੋਕਾਂ ਨੂੰ ਫ੍ਰੀ ਸਿਖਾ ਰਹੇ ਨੇ, ਸਾਨੂੰ ਵੱਡੀ ਗੱਲ ਆ ਜੀ, ਲੋਕਾਂ ਨੂੰ ਫ੍ਰੀ ਸਿਖਾ ਰਹੇ ਨੇ ਅਤੇ ਫ੍ਰੀ ਲੋਕਾਂ ਦੀ ਸੇਵਾ ਕਰ ਰਹੇ ਨੇ। ਅਤੇ ਜੇ ਕੋਈ ਕੋਈ ਵੀਡ ਗਰਾਸ ਬਾਰੇ ਗੱਲ ਕਰਨਾ ਚਾਹੇ, ਮੇਰਾ ਨੰਬਰ ਹੈ 98-145-013-13। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।